ਸਾਧ ਸੰਗਤ ਜੀ, ਇੱਕ ਵਾਰੀ ਇਹ ਸ਼ੱਕ ਹੋ ਗਈ ਕਿ ਬਾਬਾ ਨੰਦ ਸਿੰਘ ਸਾਹਿਬ ਦੇ ਬਾਰੇ 'ਚ ਸੁਣਿਆ ਕਿ ਬਾਬਾ ਨੰਦ ਸਿੰਘ ਸਾਹਿਬ ਨੇ ਹਰ ਇੱਕ ਨੂੰ ਨਿੰਦਕ ਦੁਖੀ ਬੇਮੁੱਖ ਤਾਰੇ, ਸਾਰਿਆਂ ਨੂੰ ਤਾਰੇ। ਬੜੀਆਂ ਉਹਨਾਂ ਦੀਆਂ ਸਾਖੀਆਂ ਸੀ ਔਰ ਉਹ ਚੀਜ਼ ਸੁਣਦੇ ਵੀ ਸੀ ਔਰ ਦੇਖਦੇ ਵੀ ਸੀ। ਸੁਣਿਆ ਕਿ ਬਾਬਾ ਨੰਦ ਸਿੰਘ ਸਾਹਿਬ ਨੇ ਤਾਂ ਸਾਰਿਆਂ ਨੂੰ ਤਾਰਿਆ ਅਤੇ ਪਿਤਾ ਜੀ ਨੂੰ ਇਹ ਸਵਾਲ ਪੁੱਛਿਆ ਕਿ ਜੀ ਬਾਬਾ ਨੰਦ ਸਿੰਘ ਸਾਹਿਬ ਨੇ ਜਿਸ ਤਰ੍ਹਾਂ ਇੱਕ ਗੜਵਾ ਲੈ ਕੇ ਗਿਆ ਸੀ ਗਰੀਬ, ਅਤੇ ਉਸ ਦਾ ਗੜਵਾ ਉਹ ਡਰਦਾ ਮਾਰਾ ਅੱਗੇ ਹੀ ਨਾ ਪੇਸ਼ ਕਰੇ ਲਪੇਟ ਕੇ ਕੋਲ ਬੈਠਾ, ਉਹਨੇ ਦੇਖਿਆ ਵੀ ਇੰਨੀ ਸੰਗਤ ਇੱਥੇ ਬੈਠੀ ਹੈ ਔਰ ਉਹਦੇ 'ਚ ਬੜੇ ਅਮੀਰ ਸਰਦਾਰ ਵੀ ਬੈਠੇ ਸੀ। ਉਸ ਗਰੀਬ ਦੀ ਹਿੰਮਤ ਹੀ ਨਾ ਪਈ ਵੀ ਉਹ ਗੜਵਾ ਅੱਗੇ ਰੱਖੇ। ਬਾਬਾ ਨੰਦ ਸਿੰਘ ਸਾਹਿਬ ਜਦੋਂ ਉੱਠ ਕੇ ਆਇਆ ਉਸ ਪਾਸੇ, ਉਹਦੇ ਕੋਲ ਖੜ੍ਹੇ ਹੋ ਗਏ, ਕਹਿਣ ਲੱਗੇ ਓਏ ਆਹ ਕੀ ਹੈ, ਆਹ ਕੀ ਲਪੇਟਿਆ ਹੋਇਆ ਕਿ ਗਰੀਬ ਨੂੰ ਅੱਜ ਇੱਕ ਗੜਵਾ ਹੈ। ਕਹਿੰਦੇ ਦਿਖਾ। ਜਦੋਂ ਉਹ ਕੱਢ ਕੇ ਦਿਖਾਇਆ, ਕਹਿੰਦੇ ਇਹ ਤਾਂ ਬਹੁਤ ਹੀ ਸੋਹਣਾ ਬਣਿਆ ਹੋਇਆ, ਇੱਕ ਸਾਡੇ ਵਾਸਤੇ ਬਣਾ ਦੇ। ਫਿਰ ਰੋਣ ਲੱਗ ਗਿਆ, ਕਹਿਣ ਲੱਗਾ ਗਰੀਬ ਨੂੰ ਅੱਜ ਬਣਾ ਕੇ ਤਾਂ ਤੁਹਾਡੇ ਵਾਸਤੇ ਹੀ ਲਿਆ। ਹੁਣ ਤਾਂ ਜਾਮੀ ਬਾਬਾ ਜੀ ਨੂੰ ਕਹਿ ਰਿਹਾ ਬਣਾ ਕੇ ਤਾਂ ਤੁਹਾਡੇ ਵਾਸਤੇ ਹੀ ਲਿਆ। ਫਿਰ ਬਾਬਾ ਜੀ ਕਹਿਣ ਲੱਗੇ ਫਿਰ ਦੰਦਾ ਕਿਉਂ ਨਹੀਂ, ਹੁਣ ਸਾਰੀ ਸੰਗਤ ਦੇਖ ਰਹੀ ਹੈ ਕਿ ਫਿਰ ਦੰਦਾ ਕਿਉਂ ਨਹੀਂ। ਉਹਨੇ ਇੱਕ ਦਮ ਚਾਨਾ 'ਚ ਰੱਖ ਕੇ ਮੱਥਾ ਟੇਕਿਆ, ਕਹਿਣ ਲੱਗੇ ਦੱਸ ਇਹਦਾ ਕੀ ਦੇਈਏ। ਜਿਸ ਵਕਤ ਬਾਬਾ ਨੰਦ ਸਿੰਘ ਸਾਹਿਬ ਨੇ ਇਹ ਕਿਹਾ ਤਾਂ ਅੱਗੋਂ ਹੱਥ ਜੋੜ ਕੇ ਰੋ ਕੇ ਕਹਿੰਦਾ ਜੀ ਮੇਰਾ ਕਲਿਆਣ ਕਰ। ਬਾਬਾ ਨੰਦ ਸਿੰਘ ਸਾਹਿਬ ਕਹਿਣ ਲੱਗੇ ਛੱਡ ਕੀ ਮੰਗਿਆ, ਕਲਿਆਣ ਤਾਂ ਸਾਡੇ ਨੰਦਕਾ ਦਾ ਵੀ ਹੋ ਜਾਣਾ। ਜਿਸ ਵਕਤ ਇਹ ਕਿਹਾ, ਬੜੀ ਅਜੀਬ ਗੱਲ ਸੀ, ਇੱਕ ਪਿੰਡ ਦੇ ਵਿੱਚ ਇੱਕ ਜਣਾ ਬਿਮਾਰ ਹੋ ਗਿਆ, ਉਹਦੇ ਪਰਿਵਾਰ ਬਹੁਤ ਦੁਖੀ ਕਿਉਂਕਿ ਨਾ ਉਹ ਜਿਉਂਦਿਆਂ 'ਚ ਨਾ ਮਰਿਆਂ 'ਚ। ਉਸ ਨੂੰ ਸਾਰੇ ਪਿੰਡ ਨੇ ਚੁੱਕਿਆ, ਮੰਜੇ 'ਤੇ ਪਾਇਆ ਕਿ ਤੂੰ ਬਾਬਾ ਜੀ ਦੀ ਨਿੰਦਿਆ ਕਰਦਾ ਸੀ, ਤੂੰ ਬਾਬਾ ਜੀ ਦੀ ਨਿੰਦਿਆ ਕਰਦਾ ਸੀ, ਇਸ ਕਰਕੇ ਦੇਖ ਤੇਰੀ ਕੀ ਹਾਲਤ ਹੈ, ਹੁਣ ਤੂੰ ਨਾ ਮਰ ਸਕਦਾ ਨਾ ਤੂੰ ਜਿਉਂਦਿਆਂ 'ਚ ਹੈ ਹਾਲਤ। ਸਾਰੇ ਪਿੰਡ ਨੂੰ ਤਰਸ ਆਇਆ, ਚੁੱਕ ਕੇ ਬਾਬਾ ਨੰਦ ਸਿੰਘ ਸਾਹਿਬ ਪਾਸ ਲੈ ਗਏ। ਜਦੋਂ ਬਾਬਾ ਨੰਦ ਸਿੰਘ ਸਾਹਿਬ ਦੇ ਜਾ ਕੇ ਪਿੰਡ ਨੇ ਸਾਰਿਆਂ ਨੇ ਬੇਨਤੀ ਕੀਤੀ ਕਿ ਜੀ ਇਹਦਾ ਦੁੱਖ ਤਾਂ ਘਰ ਵਾਲਿਆਂ ਕੀ ਸਾਤੋਂ ਕਿਸੇ ਤੋਂ ਵੀ ਨਹੀਂ ਦੇਖਿਆ ਜਾਂਦਾ, ਇਹ ਮਰ ਵੀ ਨਹੀਂ ਰਿਹਾ ਕਿਉਂਕਿ ਇਸ ਨੇ ਤੁਹਾਡੀ ਨਿੰਦਿਆ ਕੀਤੀ ਹੈ, ਦੁੱਖ ਭੋਗ ਰਿਹਾ। ਬਾਬਾ ਨੰਦ ਸਿੰਘ ਸਾਹਿਬ ਕਹਿ ਰਹੇ ਕਿ ਸਾਡੀ ਨਿੰਦਿਆ ਨਾਲ ਕਿਸੇ ਨੂੰ ਕੋਈ ਦੁੱਖ ਔਰ ਕਸ਼ਟ ਆ ਜਾਏ, ਇਹ ਤਾਂ ਗੱਲ ਹੋ ਹੀ ਨਹੀਂ ਸਕਦੀ। ਸਾਡੇ ਕਿਸੇ ਨਿੰਦਕ ਦੁਖੀ ਔਰ ਬੇਮੁੱਖ ਨੂੰ ਸਾਡੀ ਵਜ੍ਹਾ ਕਰਕੇ ਕੋਈ ਕਸ਼ਟ ਔਰ ਦੁੱਖ ਨਹੀਂ ਆ ਸਕਦਾ। ਕਿ ਗਰੀਬ ਨਿਵਾਜ ਇਹਦੀ ਹਾਲਤ ਆ ਹੈ, ਕਹਿਣ ਲੱਗੇ ਜਾਓ ਤੁਹਾਨੂੰ ਇਹ ਸ਼ੰਕਾ ਹੋ ਗਿਆ ਕਿ ਸਾਡੀ ਨਿੰਦਿਆ ਦੀ ਵਜ੍ਹਾ ਕਰਕੇ, ਜਦ ਤੱਕ ਘਰ ਪਹੁੰਚੋਗੇ ਇਹਨੂੰ ਲਿਜਾ ਉਦੋਂ ਤੱਕ ਇਹ ਠੀਕ ਹੋ ਜਾਏ। ਉਹ ਗਏ, ਜਦ ਤੱਕ ਪਿੰਡ ਪਹੁੰਚੇ ਹੈ ਉਹ ਠੀਕ ਹੋ ਕੇ ਮੰਜੇ 'ਤੇ ਉਤਰ ਗਏ। ਪਰ ਬਾਬਾ ਨੰਦ ਸਿੰਘ ਸਾਹਿਬ ਨੇ ਕਿ ਸਾਡੀ ਨਿੰਦਿਆ ਕਰਕੇ ਕਿਸੇ ਨੂੰ ਕੋਈ ਦੁੱਖ ਔਰ ਕਸ਼ਟ ਨਹੀਂ ਪਾ ਸਕਦੇ ਤਾਰੇ। ਬਾਬਾ ਨੰਦ ਸਿੰਘ ਸਾਹਿਬ ਇੱਕ ਸੰਗੀ ਨੇ ਨਿੱਕੀ ਸੰਗੀ ਪੁੱਛ ਬੈਠਾ ਕਿ ਜੀ ਇੱਕ ਜਣਾ ਤੁਹਾਡੀ ਬੜੀ ਨਿੰਦਿਆ ਤੇਰੇ ਕੋਲੋਂ ਪਹਿਲੋਂ ਤਰੇ। ਕਹਿਣ ਲੱਗਾ ਜੀ ਮੇਰੇ ਅਸੀਂ ਤਾਂ ਹਰ ਵੇਲੇ ਤੁਹਾਡੇ ਚਰਨਾਂ 'ਚ ਹਾਜ਼ਰ ਰਹਿੰਦੇ ਹਾਂ, ਸੇਵਾ ਕਰਦੇ ਹਾਂ, ਔਰ ਮੇਰੇ ਕੋਲੋਂ ਪਹਿਲੋਂ। ਕਹਿਣ ਲੱਗੇ ਹਾਂ ਤੂੰ ਕੰਨਾ ਸਾਨੂੰ ਚੇਤੇ ਰੱਖਦਾ। ਕਹਿੰਦੇ ਉਹ ਹਰ ਵੇਲੇ ਉਹਦਾ ਧਿਆਨ ਸਾਡੇ 'ਚ ਰਹਿੰਦਾ ਉਸ ਨਿੰਦਕ, ਇਸ ਕਰਕੇ ਉਹਦਾ ਜਿਹੜਾ ਚਿੰਤਨ ਹੈ ਸਾਡੇ ਬਾਰੇ 'ਚ ਉਹ ਜ਼ਿਆਦਾ ਹੈ, ਉਸ ਨੂੰ ਉਹਦਾ ਫਾਇਦਾ ਮਿਲ ਜਾਣਾ। ਅਜੀਬ ਗੱਲ, ਬਾਬੇ ਜਵਾਬ ਦੇ ਰਹੇ, ਉਹ ਬੜਾ ਹੈਰਾਨ। ਪਰ ਜੋ ਫਿਰ ਪਿਤਾ ਜੀ ਨੇ ਉਹ ਸਮਝਾਇਆ ਉਹ ਕਮਾਲ ਹੀ ਕਮਾਲ ਸੀ। ਕਹਿਣ ਲੱਗੇ ਦੇਖ ਪੁੱਤ, ਗੁਰਪੁਰਾ ਨਿਰਵੈਰ ਹੈ, ਨਿੰਦਕ ਦੁਖੀ ਬੇਮੁੱਖ ਤਾਰੇ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਤਿਗੁਰ ਸਭਨਾ ਦਾ ਭਲਾ ਮਨਾਇੰਦਾ। ਕਹਿਣ ਲੱਗੇ ਸਵਾਲ ਹੀ ਪੈਦਾ ਹੁੰਦੇ, ਕਹਿਣ ਲੱਗੇ ਸੁਭਾਅ ਕੀ ਹੈ, ਅੱਗ ਦਾ ਸੁਭਾਅ ਕੀ ਹੈ, ਅੱਗ ਦਾ ਧਰਮ ਕੀ ਹੈ। ਅੱਗ ਦਾ ਸੁਭਾਅ ਧਰਮ ਜਲਾਉਣਾ ਹੈ, ਸਾੜਨਾ ਹੈ। ਕਹਿੰਦੇ ਹੱਥ
ਤੁਸੀਂ ਅੱਗ 'ਚ ਪਾ ਦਿਓ। ਕਹਿੰਦੇ ਹੱਥ ਸੜ ਜਾਏਗਾ। ਕਹਿੰਦੇ ਬਰਫ਼ ਪਈ, ਬਰਫ਼ ਦਾ ਸੁਭਾਅ ਔਰ ਧਰਮ ਕੀ, ਬਰਫ਼ ਦੇ ਉੱਤੇ ਤੁਸੀਂ ਹੱਥ ਰੱਖਤਾ, ਹੱਥ ਰੱਖਿਆ ਤਾਂ ਉਹ ਠੰਡਾ ਹੋਏਗਾ, ਤੁਸੀਂ ਨਾ ਚੁੱਕੋ ਜੰਮ ਜਾਏਗਾ। ਕਹਿੰਦੇ ਉਹਦਾ ਸੁਭਾਅ ਹੈ, ਉਹਦਾ ਧਰਮ। ਕਹਿੰਦੇ ਉਹ ਨਿਰੰਕਾਰ ਦਾ ਕੀ ਸੁਭਾਅ, ਜਿਹਦੇ ਦਰਸ਼ਨਾਂ ਨੂੰ, ਜਿਹਨੂੰ ਉਹਦੇ ਚਰਨਾਂ ਨੂੰ ਸਪਰਸ਼ ਕਰਨ ਵਾਸਤੇ ਸਾਰੇ ਤਰਸਦੇ ਹਨ, ਯੁਗਾਂ ਯੁਗਾਂ 'ਚ ਤਪੱਸਿਆ ਕਰਦੇ ਹੈ, ਜਨਮ ਜਨਮ ਪੂਰਾ ਕਾਲਨਾ ਕਾਲਦੇ ਹੈ ਉਹਦੇ ਦਰਸ਼ਨਾਂ ਵਾਸਤੇ, ਉਹਨੂੰ ਸਪਰਸ਼ ਕਰਨ ਵਾਸਤੇ। ਕਹਿਣ ਲੱਗੇ ਜੇ ਕੋਈ ਉਹਨੂੰ ਸਪਰਸ਼ ਕਰੇਗਾ ਤਾਂ ਉਹਦਾ ਸੁਭਾਅ ਕੀ। ਕਹਿੰਦੇ ਨਿਰੰਕਾਰ ਦਾ ਸੁਭਾਅ, ਤਾਂ ਜਿਹਨੇ ਵੀ ਉਹਨੂੰ ਸਪਰਸ਼ ਕਰ ਲਿਆ ਉਹਨੇ ਤਾਂ ਤਰ ਜਾਣਾ। ਫਿਰ ਕਹਿਣ ਲੱਗੇ ਕਾਕਾ ਜਿਹੜੇ ਸੇਵਕ ਹੁੰਦੇ ਆ, ਸੇਵਾ ਕਰਦੇ ਆ, ਉਹਨਾਂ ਦਾ ਤਾਂ ਕੋਈ ਨਾ ਕੋਈ ਸਵਾਰਥ ਹੁੰਦਾ, ਮੰਗਾਂ ਹੁੰਦੀਆਂ, ਪਰ ਨਿੰਦਕ ਦਾ ਕੋਈ ਸਵਾਰਥ ਜਾਂ ਮੰਗ ਹੈ? ਬੜਾ ਹੈਰਾਨ ਹੋ ਕੇ ਦੇਖ ਰਹੇ ਹਾਂ ਵੀ ਇਹ ਬਚਨ ਕੀ ਕਰ ਰਹੇ। ਕਹਿਣ ਲੱਗੇ ਦੇਖ, ਸੁਖਮਨੀ ਸਾਹਿਬ ਦਾ ਪਾਠ ਤੂੰ ਰੋਜ਼ ਕਰਦਾ, ਕੀ ਲਿਖਿਆ ਉੱਥੇ? ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕੱਛ ਬੁਰਾ ਨਾ ਪਿਆ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਸਗਲ ਕੀਰੀ ਨਾ। ਕਹਿਣ ਲੱਗੇ ਤੇ ਫਿਰ ਕਿਸੇ ਨੂੰ ਉਹ ਸਜ਼ਾ ਦੇ ਸਕਦੇ? ਬਾਬਾ ਆਨੰਦ ਸਿੰਘ ਸਾਹਿਬ ਨੇ ਕਹਿਣਾ ਕਿ ਜੇ ਮਹਾਂਪੁਰਸ਼ ਪਾਸ ਜਾ ਕੇ ਵੀ ਸਰਾਪਿਆ ਗਿਆ ਤੇ ਕਹਿਣ ਲੱਗੇ ਫਿਰ ਮਹਾਂਪੁਰਸ਼ ਦਾ ਤੇ ਕਸਾਈ ਦਾ ਫਰਕ ਕੀ? ਮਹਾਂਪੁਰਸ਼ ਪਾਸ ਵੀ ਜਾ ਕੇ ਕੋਈ ਸਰਾਪਿਆ ਗਿਆ ਤੇ ਮਹਾਂਪੁਰਸ਼ ਤੇ ਕਸਾਈ ਦਾ ਫਰਕ ਕੀ? ਫਿਰ ਪਿਤਾ ਜੀ ਇਹ ਸਮਝਾ ਰਹੇ ਹਨ। ਕਹਿਣ ਲੱਗੇ ਬਾਬਾ ਆਨੰਦ ਸਿੰਘ ਸਾਹਿਬ ਦਾ ਫਿਰ ਇੱਕ ਦ੍ਰਿਸ਼ਟਾਂਤ ਉਹਨਾਂ ਨੇ ਦੱਸਿਆ, ਕਮਾਲ ਹੀ ਸੀ। ਕਹਿਣ ਲੱਗੇ ਉਹ ਤਾਂ ਅਰਦਾਸ ਤੂੰ ਸੁਣ ਲਈ, ਜਿਸ ਵਕਤ ਕੀਟ ਪਤੰਗਾ, ਜੀ ਜੰਤ ਕੀਟ ਪਤੰਗਾ, ਪਸ਼ੂ ਪੰਛੀ ਪੰਛੀ ਪਖੇਰੀ, ਜੋ ਵੀ ਗੁਰੂ ਨਾਨਕ ਇਸ ਵੇਲੇ ਤੇਰੇ ਦਰਬਾਰ 'ਚ ਹਾਜ਼ਰ ਹੈ, ਸਾਰੇ ਬੰਦੀਆਂ ਨੂੰ ਰਿਹਾ ਕਰ, ਸਭ ਦੇ ਬੰਧਨ ਕੱਟ। ਕਹਿਣ ਲੱਗੇ ਇੱਕ ਦਫ਼ਾ ਤੁਰੇ ਜਾ ਰਹੇ ਸੀ ਬਾਬਾ ਆਨੰਦ ਸਿੰਘ ਸਾਹਿਬ ਜੰਗਲ ਦੇ ਵਿੱਚ, ਔਰ ਤੁਰੇ ਜਾਂਦੇ ਜਾਂਦੇ ਇੱਕ ਜਗ੍ਹਾ ਠਹਿਰੇ। ਇੱਕ ਬੋਹੜ ਦਾ ਵੱਡਾ ਦਰਖਤ ਹੈ, ਬੜਾ ਜੰਗਲੀ ਕਾ ਉੱਤੇ ਖੜ੍ਹਾ, ਉੱਥੇ ਬੈਠਣਾ ਚਾਹੁੰਦਾ ਥੋੜ੍ਹੀ ਦੇਰ। ਤਾਂ ਦੇਖਿਆ ਉਸ ਦਰਖਤ ਦੇ ਉੱਤੇ ਕਈ ਪਰਿੰਦੇ ਕਾਂ ਵੀ ਬੈਠੇ, ਔਰ ਥੱਲੇ ਕਈ ਸੱਪ ਘੁੰਮ ਰਹੇ, ਕੀਟ ਪਤੰਗਾ ਬਹੁਤ। ਬਾਬਾ ਆਨੰਦ ਸਿੰਘ ਸਾਹਿਬ ਇਸ ਤਰ੍ਹਾਂ ਹੱਥ ਜੋੜ ਕੇ ਉਹਨਾਂ ਸਾਰਿਆਂ ਵੱਲ ਇਹ ਇਸ਼ਾਰਾ ਕਰਦੇ ਹੈ ਕਿ ਮੈਂ ਤੁਹਾਡੇ ਅਸਥਾਨ 'ਤੇ ਥੋੜ੍ਹੀ ਦੇਰ ਵਾਸਤੇ ਆਰਾਮ ਕਰਨਾ ਚਾਹੁੰਦਾ, ਬੈਠਣਾ ਚਾਹੁੰਦਾ। ਮੈਂ ਤੁਹਾਡਾ ਬਹੁਤ ਰਿਣੀ ਔਰ ਧੰਨਵਾਦੀ ਹੋਵਾਂਗਾ ਅਗਰ ਤੁਸੀਂ ਮੈਨੂੰ ਵਾਕਿਆ ਬਖਸ਼ ਦਿਓ। ਕਹਿਣ ਲੱਗੇ ਬਾਬਾ ਆਨੰਦ ਸਿੰਘ ਸਾਹਿਬ ਇਹ ਕਹਿ ਕੇ ਉੱਥੇ ਬਹਿ ਗਏ, ਥੋੜ੍ਹੀ ਦੇਰ ਬੈਠੇ ਹਨ, ਫਿਰ ਉੱਠ ਕੇ ਤੁਰਨ ਲੱਗੇ। ਤਾਂ ਉਸ ਵੇਲੇ ਜਦੋਂ ਤੁਰ ਰਹੇ ਹਨ ਤਾਂ ਉੱਠ ਕੇ ਫਿਰ ਉਹਨਾਂ ਵੱਲ ਇਸ ਤਰ੍ਹਾਂ ਕਰਕੇ ਹੱਥ ਜੋੜ ਕੇ ਕਿ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਆਗਿਆ ਬਖਸ਼ੀ ਆਪਣੇ ਅਸਥਾਨ 'ਤੇ ਬੈਠਣ ਵਾਸਤੇ। ਕਹਿਣ ਲੱਗੇ ਅਸੀਂ ਦੇਖ ਕੀ ਰਹੇ ਹਾਂ ਉਸ ਵੇਲੇ, ਜਦੋਂ ਬਾਬਾ ਆਨੰਦ ਸਿੰਘ ਸਾਹਿਬ ਇਹ ਲਫ਼ਜ਼ ਕਹਿ ਰਹੇ, ਜਦੋਂ ਦਰਖਤ ਵੱਲ ਦੇਖਿਆ ਤਾਂ ਜਿੰਨੇ ਉੱਥੇ ਪਰਿੰਦੇ ਬੈਠੇ ਸੀ, ਕੀ ਕਾਂ ਅਤੇ ਕੀ ਦੂਜੇ, ਕਹਿਣ ਲੱਗੇ ਸਾਰੇ ਹੰਸ ਬਣ ਕੇ ਉੱਤੇ ਉੱਡੇ ਜਾ ਰਹੇ, ਅਤੇ ਜੁੱਠੇ ਉਹ ਸੱਪ ਅਤੇ ਹੋਰ ਕੀਟ ਪਤੰਗਾ। ਕਹਿੰਦੇ ਹੁਣ ਕੀਟ ਪਤੰਗਾ ਤਾਂ ਲੱਖਾਂ ਦੀ, ਕਹਿੰਦੇ ਕੀ ਸੱਪ ਅਤੇ ਕੀਟ ਪਤੰਗਾ ਸਾਰੇ ਹੀ। ਫਿਰ ਇੱਕ ਪ੍ਰਕਾਸ਼ ਦੀ ਸੂਰਜ ਜਿੱਦਾਂ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੈ। ਫਿਰ ਸਾਰੇ ਹੀ ਉਹ ਪ੍ਰਕਾਸ਼ ਸਰੂਪ ਹੋ ਕੇ ਬਾਬਾ ਆਨੰਦ ਸਿੰਘ ਸਾਹਿਬ ਉਹਨਾਂ ਨੂੰ ਵੀ ਮੱਥਾ ਟੇਕਦੇ ਹੋਏ ਕਹਿਣ ਲੱਗੇ, ਬਾਬਾ ਆਨੰਦ ਸਿੰਘ ਸਾਹਿਬ ਉਹ ਜਿਹੜਾ ਪੁਰਖ ਰਸ ਵੈਰਾਗੀ ਹੁੰਦਾ, ਜਿਹੜਾ ਉਸ ਅਕਾਲ ਪੁਰਖ ਦਾ ਉਸ ਦੀ ਪ੍ਰੇਮ ਦੀ ਮਸਤ ਅਵਸਥਾ ਉਹਦਾ ਰੂਪ ਰੰਗ ਹੁੰਦਾ। ਕਹਿੰਦੇ ਫਿਰ ਧਰਤੀ ਨੂੰ ਐਂ ਪਾਗਲ ਲਾਉਂਦਾ ਜਾਂਦਾ, ਜਿਸ ਜਗ੍ਹਾ ਤੋਂ ਵੀ ਲੰਘ ਜਾਂਦਾ ਹੈ ਉਹਦੇ ਰੋਮ 'ਚੋਂ। ਫਿਰ ਉਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਚੇਤੇ ਆਇਆ,
ਕਹਿਣ ਲੱਗੇ ਬਲਬ ਹੈ। ਕਹਿਣ ਲੱਗੇ ਜਦੋਂ ਤੁਸੀਂ ਸਵਿੱਚ ਔਨ ਕਰਦੇ ਹੋ ਉਹ ਰੋਸ਼ਨ ਹੋ ਜਾਂਦਾ, ਪਰ ਉਹ ਤਾਂ ਸ਼ੀਸ਼ੇ ਦੇ ਵਿੱਚ ਬੰਦ ਹੈ, ਉਹ ਰੋਸ਼ਨੀ ਬਾਹਰ ਕਿੱਦਾਂ ਆ ਗਈ? ਕਹਿਣ ਲੱਗੇ ਬਾਬਾ ਨੰਦ ਸਿੰਘ ਸਾਹਿਬ ਦੇ ਆਪਣੇ ਹੀ ਤਰੀਕੇ ਸੀ, ਕਹਿੰਦੇ ਉਹ ਰੋਸ਼ਨੀ ਜਿਹੜੀ ਹੈ ਉਹ ਸ਼ੀਸ਼ੇ ਨੂੰ ਫੇਂ ਕੇ ਬਾਹਰ ਆ ਗਈ। ਕਹਿੰਦੇ ਸਾਰੇ ਰੋਸ਼ਨ ਕਰਤਾ। ਕਹਿੰਦੇ ਜਿਹੜਾ ਮਹਾਂਪੁਰਸ਼ ਹੈ, ਕਹਿਣ ਲੱਗੇ ਜਿਸ ਵਕਤ ਉਹ ਪ੍ਰਕਾਸ਼ ਨਾਲ ਭਰਿਆ ਹੁੰਦਾ, ਉਸਦੇ ਪ੍ਰਕਾਸ਼ ਨਾਲ, ਉਸਦੇ ਪ੍ਰੇਮ ਨਾਲ, ਉਸਦੀ ਨਿਮਰਤਾ ਨਾਲ, ਜਿਹੜੇ ਰਸਾਂ ਨਾਲ ਉਹ ਭਰਿਆ ਹੁੰਦਾ, ਕਹਿੰਦੇ ਫਿਰ ਉਹ ਪ੍ਰਕਾਸ਼ ਉਸੇ ਤਰ੍ਹਾਂ ਇਸ ਸਰੀਰ ਨੂੰ ਫੇਂ ਕੇ ਬਾਹਰ ਆ ਜਾਂਦਾ। ਸਾਧ ਸੰਗਤ ਜੀ, ਜਦੋਂ ਉਹ ਬਾਹਰ ਆਉਂਦਾ ਤੇ ਫਿਰ ਉਹ ਸਭ ਦਾ ਹੀ ਕਲਿਆਣ ਨਿਸਤਾਰਾ ਕਰੀ ਜਾਏ। ਸਿੰਘ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਸਭ ਸ੍ਰਿਸ਼ਟ ਕੇ।